ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟੌਪ ਨਿਊਜ਼ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨ ਕੌਰ ਅੱਜ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਮੌਸਮ ਵਿਭਾਗ ਨੇ ਪੰਜਾਬ ਦੇ ਮਾਝਾ ਦੁਆਬਾ ਪੂਰਬੀ ਮਾਲਵਾ ਦੇ ਵਿੱਚ ਪੂਰਾ ਇੱਕ ਹਫ਼ਤਾ ਮੀਂਹ ਪੈਣ ਦੀ ਪੋਕਵਾਨੀ ਜਾਰੀ ਕੀਤੀ ਹੈ ਹਾਲਾਂਕਿ ਪੱਛਮੀ ਮਾਲਵਾ ਦੇ ਵਿੱਚ 19 ਤੇ 20 ਸਤੰਬਰ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਦਰਅਸਲ ਪੰਜਾਬ ਹੀ ਨਹੀਂ ਚੰਡੀਗੜ੍ਹ ਮੋਹਾਲੀ ਹਰਿਆਣਾ ਦੇ ਵਿੱਚ ਪਿਛਲੇ 1 ਦਿਨ ਤੋਂ ਇੰਨੀ ਕ ਅੱਗ ਵਰ ਰਹੀ ਹੈ ਇੰਨੀ ਕ ਜ਼ਿਆਦਾ ਗਰਮੀ ਪੈ ਰਹੀ ਹੈ ਕਿ ਲੋਕ ਮੁੜ ਕੋ ਮੁੜ ਕੀ ਹੋ ਰਹੇ ਨੇ ਤੇ ਜਿਹੇ ਹਮਸਪਰੇ ਵਾਤਾਵਰਣ ਦੇ ਵਿੱਚ ਅੰਦਾਜ਼ਾ ਲਾਈ ਰਹੇ ਸੀ ਲੋਕ ਕਿ ਸ਼ਾਇਦ ਮੀਂਹ ਪੈ ਸਕਦਾ ਹੈ ਕਿਉਂਕਿ ਮੀਂਹ ਪੈਣ ਤੋਂ ਪਹਿਲਾਂ ਅਕਸਰ ਅਜਿਹਾ ਹੀ ਹੁੰਦਾ ਹੈ ਸੋ ਇੱਕ ਹਫਤਾ ਮੀਂਹ ਪੈਣ ਦੀ ਭਵਿਕ ਬਾਣੀ ਜੇ ਸੱਚ ਸਾਬਿਤ ਹੋਈ ਤਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਇਲਾਕੇ ਦੇ ਵਿੱਚ دہشت گردਾਂ ਦੇ ਨਾਲ ਬੁੱਧਵਾਰ ਨੂੰ ਹੋਏ ਮੁਕਾਬਲੇ 'ਚ ਅਸ਼ੀਦ ਵੜੇ ਤੇ ਨੌ ਅਫਸਰਾਂ ਦੇ ਵਿੱਚੋਂ ਇੱਕ ਕਰਨਲ ਮਨਪ੍ਰੀਤ ਸਿੰਘ ਬੈਂਸ ਮੋਹਾਲੀ ਜ਼ਿਲ੍ਹੇ ਦੇ ਪਿੰਡ ਪੜੌਜੀਆਂ ਦੀ ਰਹਿਣ ਵਾਲੇ ਸਨ ਇਸ ਵੱਡੀ ਖਬਰ ਦੇ ਕਈ ਘੰਟਿਆਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਦੁੱਖ ਜਤਾ ਦਿੱਤਾ ਪਰ ਵੱਡੀਆਂ ਹਸਤੀਆਂ ਹਾਲੇ ਤੱਕ ਚੁੱਪ ਨੇ ਸੀਐਮ ਮਾਨ ਨੇ ਕਿਹਾ ਕਿ ਪਰਮਾਤਮਾ ਪਰਿਵਾਰਾਂ ਨੂੰ ਹੌਸਲਾ ਤੇ ਹਿੰਮਤ ਬਖਸ਼ਣ ਦੇਸ਼ ਖਾਤਰ ਆਪਣੇ ਫਰਜ਼ ਤੋਂ ਕੁਰਬਾਨ ਹੋਏ ਤਿੰਨੇ ਸ਼ਹੀਦਾਂ ਦੀ ਬਹਾਦਰੀ ਤੇ ਜਜ਼ਬੇ ਨੂੰ ਦਿਲੋਂ ਸਲਾਮ ਕਰਦਾ ਹਾਂ ਹਾਲਾਂਕਿ ਖਬਰਾਂ ਪੜੇ ਜਾਣ ਤੱਕ ਮੁੱਖ ਮੰਤਰੀ ਨੇ ਇਸ ਸ਼ਹੀਦ ਫੌਜੀ ਅਫਸਰ ਦੇ ਲਈ ਕਿਸੇ ਵੀ ਤਰ੍ਹਾਂ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦਾ ਐਲਾਨ ਨਹੀਂ ਕੀਤਾ ਸੀ ਬੜੀ ਹੈਰਾਨੀ ਦੀ ਗੱਲ ਹੈ ਕਿ ਅਨੰਤਨਾਗ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਪਰ ਹਾਲੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਕੋਈ ਟਵੀਟ ਹੈ ਜਿਹੜਾ ਉਹ ਨਹੀਂ ਆਇਆ ਅਥਰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਵੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਹਾਲਾਂਕਿ ਕਾਂਗਰਸ ਲੀਡਰ ਅਮਲਿਕਾ ਜਨ ਖੜਗੇ ਤੇ ਰਾਹੁਲ ਗਾਂਧੀ ਨੇ ਬੁੱਧਵਾਰ ਰਾਤ ਨੂੰ ਹੀ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਦੁੱਖ ਪ੍ਰਗਟਾਉਂਦਿਆਂ ਪਰਿਵਾਰ ਦੇ ਨਾਲ ਖੜਨ ਦਾ ਦਾਵਾ ਕੀਤਾ ਹੈ ਉਹਨਾਂ ਨੇ ਸ਼ਹਾਦਤ ਨੂੰ ਸਲਾਮ ਵੀ ਕੀਤਾ ਹੈ ਇਸ ਮੁਕਾਬਲੇ ਦੇ ਵਿੱਚ ਸ਼ਹੀਦੀਆਂ ਪਾਉਣ ਵਾਲੇ ਸਾਰੇ ਅਫਸਰਾਂ ਦੀਆਂ ਮ੍ਰਿਤਕ ਦੇਹਾਂ ਨੂੰ 에어 ਲਿਫਟ ਕਰਕੇ ਸ਼ਿਰਨਗਰ ਦੇ ਬਦਾਮੀ ਬਾਗ ਚੌਣੀ ਇਲਾਕੇ ਦੇ ਵਿੱਚ ਸਥਿਤ ਫੌਜੀ ਹਸਪਤਾਲ 'ਤੇ ਪਹੁੰਚਾ ਦਿੱਤਾ ਗਿਆ। ਸ਼ਹੀਦਾਂ ਨੂੰ ਫੌਜ, ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਸ਼ਰਧਾਂਜਲੀ ਦੇਣ ਤੋਂ ਬਾਅਦ ਅੰਤਿਮ ਰਸਮਾਂ ਦੇ ਲਈ ਇਹਨਾਂ ਦੇ ਜੱਦੀ ਘਰਾਂ 'ਚ ਪਹੁੰਚਾਇਆ ਜਾਵੇਗਾ। ਡੀਐਸਪੀ ਹਮਾਈਉਂ ਪੱਟ ਦੇ ਮ੍ਰਿਤਕ ਸਰੀਰ ਨੂੰ ਜੰਮੂ ਕਸ਼ਮੀਰ ਪਹੁੰਚ ਕੇ ਪਿਤਾ ਗੁਲਾਮ ਹਸਨ ਪੱਟ ਜਿਹੜੇ ਕਿ ਸੇਵਾਮੁਕਤ ਆਈਜੀਪੀ ਨੇ ਉਹਨਾਂ ਨੇ ਸ਼ਰਧਾਂਜਲੀ ਦਿੱਤੀ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਕਰਦਿਆਂ ਅੰਤ ਸ਼ ਨੇ ਸਲੂਟ ਕੀਤਾ ਹਾਲਾਂਕਿ ਪਿਓ ਨੇ ਗਮ ਨੂੰ ਛਪਾਉਂਦੇ ਆ ਅੱਖਾਂ ਦੇ ਵਿੱਚ ਅਥਰੂ ਨਾ ਆਉਣ ਦਿੱਤੇ ਇਸ ਮੌਕੇ ਉਪਰਾਜਪਾਲ ਮਨੋਜ सिन्हा ਮੁਖ ਸਕੱਤਰ ਅਰਉਣ ਮਹਿਤਾ ਡੀਜੀਪੀ ਦਿਲਬਾਖ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਿੰਨ ਦਿਨਾ ਪੰਜਾਬ ਫੇਰੀ ਦੌਰਾਨ ਪੰਜਾਬ ਸਰਕਾਰ ਤੋਂ ਨਾਰਾਜ਼ ਜਥੇਬੰਦੀਆਂ ਵੀ ਕਾਫੀ ਐਕਟਿਵ ਦਿਖਾਈ ਦੇ ਰਹੀਆਂ ਨੇ ਕੌਣ ਕੀ ਕਰ ਰਿਹਾ ਹੈ ਇਹ ਵੀ ਦੱਸਾਂਗੇ ਪਰ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਰਵਾਦੀ ਰਿਪੋਰਟ ਦੇ ਦਿੰਦੇ ਆ ਦੋਵੇਂ ਵੱਡੇ ਲੀਡਰਾਂ ਨੇ ਅੰਮ੍ਰਿਤਸਰ ਤੇ ਜ ਆਲ ਮਿਲਣੀ ਕੀਤੀ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਨਤਾਂ ਵਾਸਤੇ ਨਹਿਰੀ ਪਾਣੀ ਉਪਲਬਧ ਕਰਵਾਏਗੀ ਜੋ ਕਿ ਸਨਤਕਾਰਾਂ ਨੂੰ ਸਸਤਾ ਵੀ ਮਿਲੇਗਾ ਸ਼ਹਿਰ ਵਿੱਚ ਛੇਤੀ ਹੀ ਟੂਰਿਜ਼ਮ ਪੁਲਿਸ ਦਾ ਯੂਨਿਟ ਸ਼ੁਰੂ ਕੀਤਾ ਜਾਊਗਾ ਟ੍ਰੈਫਿਕ ਕੰਟਰੋਲ ਵਾਸਤੇ ਮਨਸੂਈ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਵੇਗੀ ਤੇ 15 ਸਤੰਬਰ ਨੂੰ ਲੁਧਿਆਣਾ ਤੇ ਮੁਹਾਲੀ ਦੇ ਵਿੱਚ ਦੋਵੇਂ ਵੱਡੇ ਲੀਡਰਾਂ ਦੇ ਵੱਲੋਂ ਸਰਕਾਰ ਸਨਤਕਾਰ ਮਿਲਣੀ ਕੀਤੀ ਜਾਵੇਗੀ ਦੋ ਨਵੇਂ ਅਨਾਉਂਸਮੈਂਟਾਂ ਅਸੀਂ ਅੱਜ ਕਰਨ ਲੱਗੇ ਆਂ ਪੁਲਿਸ ਨਾਲ ਸੰਬੰਧਿਤ ਖਾਸ ਤੌਰ ਤੇ ਅੰਮ੍ਰਿਤਸਰ ਨਾਲ ਸੰਬੰਧ। ਪਹਿਲੀ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਇੱਕ ਟੂਰਿਜ਼ਮ ਨਾਲ ਰਿਲੇਟਡ ਪੁਲਿਸ ਦਾ ਯੂਨਿਟ ਬਣਾਉਣ ਲੱਗੇ ਆਂ ਅਲੱਗ ਵਰਦੀ ਵਧੀਆ ਚੰਗੇ ਇੰਗਲਿਸ਼ ਸਪੀਕਿੰਗ ਮੁੰਡੇ ਕੁੜੀਆਂ ਤਾਂ ਕਿ ਕੋਈ ਟੂਰਿਸਟ ਆਵੇ उन्होंने ये वर्दी तो ही पता लग जाए कि मेरा हेल्पर है ए, मैंने कोई दिक्कत है तो मैं इस ये गल कर सकता एक टूरिस्ट न रिलेटिड पुलिस यूनिट जोड़ा वो अमृतसर असी पायलट प्रोजेक्ट इतने कर रहे हैं आज हम आप लोगों के बीच में ये कहने के लिए आए हैं कि जो जो गारंटी हम लोगों ने दी थी इंडस्ट्री को लेकर उनमें से कई सारे वादे हमने पूरे किए हैं और उससे भी बहुत ज़्यादा किया है पिछले एक डेढ़ महीने पहले सारे अखबारों के अंदर एडवर्टाइजमेंट्स निकाल के और अलग अलग तरीके से फ़ोन नंबर जारी करके तरह व्हाट्सएप नंबर जारी करके इंडस्ट्री से उनकी समस्याएं पूछी गई आप लोगों में मैं भी नोट कर रहा था तीन किस्म की मोटी मोटी समस्याएं देखी इंडिविजुअल प्रॉब्लम्स जैसे अभी किसी ने कहा जी मैं हमारी तो इंडस्ट्री मध्य प्रदेश जा रही थी मैंने अपने पिताजी को कहा कि एक मौका पंजाब में करके देखते हैं और फिर मेरा बिजली का कनेक्शन मिल गया इन इंडिविजुअल प्रॉब्लम्स बहुत लोगों की थी वो इंडिविजुअल प्रॉब्लम सॉल्व हुई ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਰਮਿਆਨ ਪੰਜਾਬ ਦੇ ਸੰਘਰਸ਼ੀ ਲੋਕ ਵੀ ਕੇਜਰੀਵਾਲ ਸਾਹਿਬ ਨੂੰ ਮਿਲਣ ਦੇ ਲਈ ਤਰਸ ਰਹੇ ਨੇ ਕਿਉਂਕਿ ਪੰਜਾਬ ਚੋਣਾ ਜਿੱਤਣ ਤੋਂ ਬਾਅਦ ਕੇਜਰੀਵਾਲ ਲੋਕਾਂ ਦੇ ਘਰੇ ਆ ਕੇ ਨਹੀਂ ਬੜੇ ਸਨ ਜ਼ੀਰਾ ਦੇ ਵਿੱਚ ਮਾਲਪਰੋਸ ਸ਼ਰਾਬ ਫੈਕਟਰੀ ਖਿਲਾਫ ਡੇਢ ਸਾਲ ਤੋਂ ਸੰਘਰਸ਼ ਕਰ ਰਹੇ ਸਾਂਝੇ ਮੋਰਚੇ ਨੇ ਵੀ ਆਮ ਆਦਮੀ ਪਾਰਟੀ ਦੇ ਸੁਭਰੀਮੋ ਅਰਵਿੰਦ ਕੇਜਰੀਵਾਲ ਨੂੰ ਜ਼ੀਰਾ ਆਉਣ ਦਾ ਸੱਦਾ ਦਿੱਤਾ ਕਹਿੰਦੇ ਤੁਸੀਂ ਜਲੰਧਰ ਵਪਾਰੀਆਂ ਦੇ ਨਾਲ ਗੱਲ ਕਰਨ ਲਈ ਪਹੁੰਚੇ ਹੋ ਜਰਾ ਇੱਥੇ ਵੀ ਆ ਜਾਓ ਕਿਸ ਤਰ੍ਹਾਂ ਸ਼ਰਾਬ ਫੈਕਟਰੀ ਦੀ ਵਜ੍ਹਾ ਕਰਕੇ ਕਈ ਪਿੰਡ ਤਬਾਹ ਹੋ ਗਏ ਨੇ ਲੋਕਾਂ ਦੀ ਜ਼ਿੰਦਗੀ ਖਤਮ ਹੋ ਗਈ ਹੈ ਇਹ ਵੀ ਜ਼ਰੂਰ ਦੇਖ ਕੇ ਜਾਓ ਜਥੇਬੰਦੀ ਨੇ ਪੰਜਾਬ ਸਰਕਾਰ ਦੀ ਸ਼ਿਕਾਇਤ ਵੀ ਅਰਵਿੰਦ ਕੇਜਰੀਵਾਲ ਤੱਕ ਸੋਸ਼ਲ ਮੀਡੀਆ ਦੇ ذریعے ਪਹੁੰਚਾਈ ਅਸੀਂ ਆਪਦੇ ਸੁਪਰੀਮ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ 1.5 ਸਾਲ ਤੋਂ ਇੱਕ ਜਿਹੜੀ ਫੈਕਟਰੀ ਅੱਗੇ ਬੈਠੇ ਆ ਜਿਹੜੀ ਫੈਕਟਰੀ ਨੇ ਸਾਡੇ ਪਿੰਡਾਂ ਦੇ ਵਿੱਚ ਕਹਣ ਕੀਤਾ ਜਿਹੜੇ ਫੈਕਟਰੀ ਨੇ ਸਾਡੇ ਪਿੰਡਾਂ ਦੇ ਵਿੱਚ ਕਤਲ ਕੀਤੇ ਜਿਹੜੀ ਫੈਕਟਰੀ ਨੇ ਸਾਡੇ ਪਿੰਡਾਂ ਦੇ ਵਿੱਚ ਬਿਮਾਰੀਆਂ ਫਲਾਈਆਂ ਉਸ ਫੈਕਟਰੀ ਨੂੰ ਬੰਦ ਕਰਵਾਉਣ ਦੇ ਵਾਸਤੇ ਅਸੀਂ ਜ਼ਿਲ੍ਹੇ ਦੇ ਵਿੱਚ ਮਾਲਪੁਰਸ ਇੰਡਸਟਰੀ ਦੇ ਸਾਹਮਣੇ ਬੈਠੇ ਆਂ ਪਰ ਹਲੇ ਤੱਕ ਸਰਕਾਰ ਨੇ ਆਪਣਾ ਪੱਖ ਹਾਈ ਕੋਰਟ ਦੇ ਵਿੱਚ ਨਹੀਂ ਰੱਖਿਆ ਸਰਕਾਰ ਨੇ ਨਹੀਂ ਦੱਸਿਆ ਗਿਆ ਵੀ ਸੈਂਟਰ ਪੋਲੂਸ਼ਨ ਬੋਰਡ ਦੀ ਰਿਪੋਰਟ ਆ ਗਈ ਇਸ ਫੈਕਟਰੀ ਦੇ ਖਿਲਾਫ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੀ ਜਿਹੜੀ ਸੀਐਮ ਸਾਹਿਬ ਨੇ ਪੰਜ ਕਮੇਟੀਆਂ ਬਣਾਈਆਂ ਸੀ ਉਹਨਾਂ ਦੀ ਰਿਪੋਰਟ ਆ ਗਈ ਹੈ ਇਸ ਫੈਕਟਰੀ ਦੇ ਖਿਲਾਫ ਵੱਖ-ਵੱਖ ਅਧਾਰਿਆਂ ਦੀ ਰਿਪੋਰਟ ਆ ਗਈ ਹੈ ਇਸ ਫੈਕਟਰੀ ਖਿਲਾਫ ਹਲੇ ਤਿੱਕਰ ਸਰਕਾਰ ਆਪਣਾ ਪੱਖ ਨਹੀਂ ਰੱਖ ਰਹੀਗੀ ਤੇ ਅਸੀਂ ਪੰਜਾਬ ਦੇ ਜਿਹੜੇ ਇਹ ਕੇਜਰੀਵਾਲ ਜੀ ਆਏ ਨੇ ਆਪ ਦੇ ਸੁਪਰੀਮੋ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਂਝਾ ਮੋਰਚਾ ਵਿੱਚ ਜੀਰਾ ਵਿੱਚ ਆੜ ਕੇ ਸਾਡੇ ਲੋਕਾਂ ਦੇ 80 ਪਿੰਡਾਂ ਦੇ ਲੋਕਾਂ ਦੇ ਦੁੱਖ ਦਰਦ ਸਾਡੇ ਵੀ ਦੁੱਖ ਦਰਦ ਸੁਣੋ ਜੀ ਮੋਰਚੇ ਦੇ ਆਗੂ ਨੇ ਇਲਜ਼ਾਮ ਲਾਇਆ ਕਿ ਸਰਕਾਰ ਸਨਤਕਾਰਾਂ ਦੇ ਨਾਲ ਗੱਲ ਕਰ ਰਹੀ ਹੈ ਵੱਡੇ ਵੱਡੇ ਵਾਅਦੇ ਵੀ ਕਰ ਰਹੀ ਹੈ ਪਰ ਪੁਰਾਣੀਆਂ ਸਨਤਾਂ ਦੇ ਨਾਲ 80 ਪਿੰਡਾਂ ਨੂੰ ਜਿਹੜਾ ਨੁਕਸਾਨ ਹੋਇਆ ਉਸ ਬਾਰੇ ਕਿਉਂ ਨਹੀਂ ਸਰਕਾਰ ਕੁਝ ਸੋਚ ਰਹੀ ਮੋਰਚੇ ਨੇ ਵੱਡਾ ਇਲਜ਼ਾਮ ਲਾਉਂਦੇ ਕਿਹਾ ਕਿ ਜ਼ਹਿਰੀਲਾ ਪਾਣੀ ਜ਼ਮੀਨ ਦੇ ਹੇਠਾਂ ਛੱਡ ਕੇ ਇਹਨਾਂ ਸਨਤਾਂ ਨੇ ਲੋਕਾਂ ਨੂੰ ਮਰਨ ਵਾਸਤੇ ਛੱਡ ਦਿੱਤਾ ਇਹਨਾਂ ਦੇ ਮਰਨ ਦਾ ਸਮਾਨ ਤਿਆਰ ਕੀਤਾ ਉਹਨਾਂ ਨੂੰ ਕੀ ਸੁਨਿਆ ਲਾਉਂਗੇ ਅਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਬੇਨਤੀ ਕਰਦੇ ਹਾਂ ਜਿਹੜੀ ਇਹ ਪ੍ਰਾਣੀ ਇੰਡਸਟਰੀ ਆ ਪਿੰਡ ਮਸੂਰਵਾਲ ਦੇ ਵਿੱਚ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨਾਮ ਤੋਂ ਇਸ ਇੰਡਸਟਰੀ ਨੇ ਇਸ ਇਲਾਕੇ ਨੂੰ ਟੋਟਲੀ ਤਬਾਹ ਕਰਕੇ ਰੱਖਤਾ ਇਸ ਇਲਾਕੇ ਦਾ ਅੰਡਰਗਰਾਉਂਡ ਵਾਟਰ ਟੋਟਲੀ ਪਲੂਟ ਕਰਕੇ ਰੱਖਤਾ ਤੇ ਜਿਹੜੀਆਂ ਜ਼ਮੀਨਾਂ ਇੱਥੇ ਬੰਜਰ ਹੋ ਗਈਆਂ ਸਾਰੀਆਂ ਵੀ ਕੇਜਰੀਵਾਲ ਸਾਹਿਬ ਤੁਸੀਂ ਇਸ ਇੰਡਸਟਰੀ ਨੂੰ ਪਹਿਲਾਂ ਕਾਗਜ਼ਾਂ 'ਚ ਤਾਂ ਬੰਦ ਕਰੋ ਤੁਸੀਂ ਨਵੀਆਂ ਇੰਡਸਟਰੀ ਦੀਆਂ ਗੱਲਾਂ ਕਰਦੇ ਪਰ ਸਾਡੇ ਜਿਹੜੇ ਲੋਕ ਆ ਅਤਸੀਰਾ ਡੀਲ ਦੇ ਇੱਥੋਂ ਦੇ ਨੇੜੇ ਤੇੜੇ ਦੇ ਜਿਹੜੇ ਪਿੰਡ ਆ ਬਹੁਤ ਜ਼ਿਆਦਾ ਦੁਖੀ ਹੋਏ ਪਏ ਆ ਅਸੀਂ ਤੁਹਾਨੂੰ ਵਾਰ-ਵਾਰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਇਸ ਇੰਡਸਟਰੀ ਨੂੰ ਪੱਕੇ ਤੌਰ ਤੇ ਕਾਗਜ਼ਾਂ 'ਤੇ ਬੰਦ ਕਰੋ ਜਿਹੜੀ ਇਹ ਪੁਰਾਣੀ ਇੰਡਸਟਰੀ ਆ ਪਿੰਡ ਮਸੂਰਵਾਲ ਦੇ ਵਿੱਚ ਮਾਲਬ੍ਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਨਾਮ ਤੋਂ ਇਸ ਇੰਡਸਟਰੀ ਨੇ ਇਸ ਇਲਾਕੇ ਨੂੰ ਟੋਟਲੀ ਤਬਾਹ ਕਰਕੇ ਰੱਖਤਾ ਇਸ ਇਲਾਕੇ ਦਾ ਅੰਡਰਗਰਾਊਂਡ ਵਾਟਰ ਟੋਟਲੀ ਕਲੂਡ ਕਰਕੇ ਰੱਖਤਾ ਤੇ ਜਿਹੜੀਆਂ ਜ਼ਮੀਨਾਂ ਇੱਥੇ ਬੰਜਰ ਹੋ ਗਈਆਂ ਸਾਰੀਆਂ ਵੀ ਕੇਜਰੀਵਾਲ ਸਾਹਿਬ ਤੁਸੀਂ ਇਸ ਇੰਡਸਟਰੀ ਨੂੰ ਪਹਿਲਾਂ ਕਾਗਜ਼ਾਂ 'ਚ ਤਾਂ ਬੰਦ ਕਰੋ ਤੁਸੀਂ ਨਵੀਆਂ ਇੰਡਸਟਰੀ ਦੀਆਂ ਗੱਲਾਂ ਕਰਦੇ ਸਾਡੇ ਜਿਹੜੇ ਲੋਕ ਆ ਤਸਵੀਰਾਂ ਡੀਲ ਦੇ ਇੱਥੋਂ ਦੇ ਨੇੜੇ ਤੇੜੇ ਦੇ ਜਿਹੜੇ ਪਿੰਡ ਆ ਬਹੁਤ ਜ਼ਿਆਦਾ ਦੁਖੀ ਹੋਏ ਪਏ ਆ ਅਸੀਂ ਤੁਹਾਨੂੰ ਵਾਰ-ਵਾਰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਇਸ ਇੰਡਸਟਰੀ ਨੂੰ ਪੱਕੇ ਤੌਰ ਤੇ ਕਾਗਜ਼ਾਂ 'ਤੇ ਬੰਦ ਕਰੋ ਸੰਗਰੂਰ ਦੇ ਵਿੱਚ ਪੀਆਰਟੀਸੀ ਤੇ ਪਨਬਸ ਵਿੱਚ ਠੇਕੇ ਦੇ ਕੰਮ ਕਰਦੇ ਮੁਲਾਜ਼ਮਾਂ ਨੇ ਸੰਗਰੂਰ ਡਿੱਪ ਨੂੰ 2 ਘੰਟੇ ਦੇ ਲਈ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਤੇ ਫਿਰ ਸੰਗਰੂਰ ਦੇ ਚੌਂਕ 'ਚ ਜਾ ਕੇ ਸਰਕਾਰ ਦਾ ਪੁਤਲਾ ਵੀ ਫੂਕਿਆ ਇਹ ਤਾਂ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਹੈ ਇਸ ਦੌਰਾਨ ਬੱਸ ਸਟੈਂਡ ਦੇ ਅੰਦਰੋਂ ਲਾਊਡਸਪੀਕਰ ਦੇ ਨਾ ਸੰਘਰਸ਼ੀ ਕਮਿਆ ਨੇ ਆਪਣੀ ਦਰਦ ਭਰੀ ਕਹਾਣੀ ਵੀ ਸੁਣਾਈ ਤੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ 20 ਸਤੰਬਰ ਤੋਂ ਪੂਰੇ ਪੰਜਾਬ ਦੇ ਵਿੱਚ ਹੜਤਾਲ ਸ਼ੁਰੂ ਕਰ ਦੇਣਗੇ ਦਰਅਸਲ ਸਰਕਾਰ ਨੇ 14 ਸਤੰਬਰ ਨੂੰ ਯਾਨੀ ਕਿ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਾਉਣ ਦੇ ਲਈ ਸੱਦ ਲਿਆ ਸੀ ਪਰ ਐਨ ਮੌਕੇ ਤੇ ਆ ਕੇ ਬੈਠਕ ਰੱਦ ਕਰ ਦਿੱਤੀ ਗਈ ਸੀ 14 ਨੂੰ ਤਾਂ ਸੱਦਿਆ ਸੀ ਕਿਉਂਕਿ 15 ਨੂੰ ਇਹਨਾਂ ਨੇ ਸੰਘਰਸ਼ ਦਾ ਐਲਾਨ ਕੀਤਾ ਸੀ ਪਰ ਮੀਟਿੰਗ ਰੱਦ ਜਦੋਂ ਕਰ ਦਿੱਤੀ ਤਾਂ ਇਹਨਾਂ ਨੇ ਰੋਸਾ ਜਤਾਉਂਦਿਆਂ ਇਹ ਰੋਸ ਮੁਜ਼ਾਹਰਾ ਕੀਤਾ ਤੇ ਕਿਹਾ ਕਿ ਹੁਣ ਸਾਨੂੰ 29 ਸਤੰਬਰ ਦੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਪਰ ਵਾਰੀ-ਵਾਰੀ ਮੀਟਿੰਗਾਂ ਰੱਦ ਹੋਣ ਕਰਕੇ ਅਸੀਂ ਪਰੇਸ਼ਾਨ ਹਾਂ ਪਹਿਲਾਂ ਵੀ ਮੀਟਿੰਗਾਂ ਰੱਦ ਹੋਈਆਂ ਨੇ ਉਹਨਾਂ ਕਿਹਾ ਕਿ ਅਸੀਂ ਹੁਣ 29 ਸਤੰਬਰ ਵਾਲੀ ਮੀਟਿੰਗ ਤੋਂ ਪਹਿਲਾਂ ਹੀ 20 ਸਤੰਬਰ ਨੂੰ ਹੜਤਾਲ ਤੇ ਜਾਵਾਂਗੇ ਇਸ ਮੌਕੇ ਤੇ ਇਹ ਵੀ ਫੈਸਲਾ ਲਿਆ ਜਾਊਗਾ ਕਿ ਹੜਤਾਲ ਇੱਕ ਦਿਨ ਦੀ ਹੋਏਗੀ ਜਾਂ ਫਿਰ 29 ਸਤੰਬਰ ਤੱਕ ਇਹ ਜਾਰੀ ਰਹੇਗੀ ਜਿਸ ਦਿਨ ਮੀਟਿੰਗ ਹੋਣੀ ਹੈ ਮੰਗਾ ਨੇ ਰੈਗੂਲਰ ਕੀਤਾ ਜਾਵੇ ਬਾਕੀ ਮੁਲਾਜ਼ਮਾਂ ਨੂੰ ਤਨਖਾਹ ਦਿੱਤੀ ਜਾਵੇ ਤੇ ਪੰਜਾਬ ਸਰਕਾਰ 10000 ਨਵੀਆਂ ਬੱਸਾਂ ਪਾਏ ਤਾਂ ਕਿ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਰਸਕਾਰ ਤੇ ਲੱਗ ਸਕਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤਿੰਨ ਦਿਨਾਂ ਪੰਜਾਬ ਦੌਰੇ ਤੇ ਹਨ ਪਹਿਲੇ ਦਿਨ ਉਹਨਾਂ ਨੇ ਗੁਰੂਕੀ ਨਗਰੀ ਅਮਰitsar ਦੇ ਵਿੱਚ ਪੰਜਾਬ ਦੇ ਪਹਿਲੇ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕੀਤਾ ਤੇ ਉਦਘਾਟਨ ਤੋਂ ਮੰਗਰੋ ਆਮ ਆਦਮੀ ਪਾਰਟੀ ਦੇ ਅੰਦਰ ਹੀ ਵੱਡਾ ਧਮਾਕਾ ਹੋਇਆ ਵਿਰੋਧੀਆਂ ਦੇ ਨਾਲ ਪਾਰਟੀ ਦੇ ਅੰਦਰੋਂ ਵੀ ਸਕੂਲ ਆਫ ਐਮਿਨੈਂਸ ਤੇ ਸਵਾਲ ਉੱਠੇ ਨੇ ਇਹ ਸਵਾਲ ਸਾਬਕਾ ਆਈਜੀ ਅਤੇ ਅਮਰitsar ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਚੁੱਕੇ ਨੇ ਕਮਲ ਨੇ ਦਾਵਾ ਕੀਤਾ ਕਿ ਜਿਹੜੇ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦਾ ਦਾਵਾ ਕੀਤਾ ਗਿਆ ਉਹ ਤਾਂ ਪਹਿਲਾਂ ਤੋਂ ਹੀ ਹਾਈ ਟੈਕ ਤੇ ਸਮਾਰਟ ਸਕੂਲ ਦੀ ਕੈਟਾਗਰੀ ਦੇ ਵਿੱਚ ਸੀ ਸਾਡੀ ਸਰਕਾਰ ਨੇ ਕਹਿੰਦੇ ਇਹਦੇ ਵਿੱਚ ਕੁਝ ਵੀ ਨਵਾਂ ਨਹੀਂ ਕੀਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਕਮਲ ਵਿਜੇ ਪ੍ਰਤਾਪ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਇੰਦਰਜੀਤ ਸਿੰਘ ਨਿੱਜਰ ਦੇ ਫੇਸਬੁੱਕ ਪੋਸਟ ਤੇ ਸਵਾਲ ਚੁੱਕੇ ਜਿਸ ਦੇ ਵਿੱਚ ਨਿੱਜਰ ਨੇ ਸਕੂਲ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਸੀ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਵਿੱਚ ਨਵੈਕਲੀ ਪਹਿਲ ਹਾਲਾਂਕਿ ਅੰਮ੍ਰਿਤਸਰ ਦੇ ਇਸ ਵਿਧਾਇਕ ਨੂੰ ਇਸ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਗਿਆ ਸੀ ਜਾਂ ਫਿਰ ਨਹੀਂ ਇਸ ਬਾਰੇ ਸਾਨੂੰ ਪੂਖਤਾ ਜਾਣਕਾਰੀ ਤਾਂ ਨਹੀਂ ਮਿਲ ਸਕੀ ਪਰ ਜਿਹੜਾ ਐਮਿਨੈਂਸ ਸਕੂਲ ਦਾ ਉਦਘਾਟਨ ਕਰਨ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਨਿੱਜਰ ਸਾਨੂੰ ਦਿਖਾਈ ਨਹੀਂ ਦਿੱਤੇ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਇਸ ਟਵੀਟ ਤੇ ਸਵਾਲ ਖੜੇ ਕਰਦੇ ਹੋਏ ਪੁੱਛਿਆ ਕਿ ਡਾਕਟਰ ਸਾਹਿਬ ਤੁਹਾਨੂੰ ਵੀ ਬਹੁਤ-ਬਹੁਤ ਵਧਾਈ ਹੋਵੇ ਇਹ ਸਕੂਲ ਤੁਸੀਂ ਮੈਨੂੰ ਵੀ ਜ਼ਰੂਰ ਦਿਖਾਓ ਜੇ ਇਹ ਨਵਾਂ ਬਣਿਆ ਹੋਵੇ ਜਿਸ ਤੱਕ ਮੈਨੂੰ ਪਤਾ ਹੈ ਪਹਿਲਾਂ ਤੋਂ ਹੀ ਇੱਕ ਬਿਹਤਰੀਨ ਸਕੂਲ ਹੈ ਇਸ ਨੂੰ 스마트 ਸਕੂਲ ਤਾਂ ਪਹਿਲਾਂ ਹੀ ਬਣਾ ਦਿੱਤਾ ਗਿਆ ਸੀ ਪਿਛਲੀਆਂ ਸਰਕਾਰਾਂ ਦੇ ਉਸ ਸਕੂਲ ਦੇ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਕਈ ਮੌਕਿਆਂ ਤੇ ਇਹ ਜ਼ਰੂਰ ਹੈ ਕਿ ਕੁਝ ਨਵੇਂ ਰੈਨੋਵੇਸ਼ਨਸ ਹੁਣ ਕਰਾਏ ਗਏ ਨੇ ਯਾਨੀ ਕਿ ਰੈਨੋਵੇਟ ਜ਼ਰੂਰ ਕੀਤਾ ਗਿਆ ਹੈ ਪਰ ਨਵਾਂ ਸਕੂਲ ਨਹੀਂ ਹੈ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਸਤਵਾਲ ਡਾਂਗ ਜਿਨੇ ਸਕੂਲ ਦੀ ਕਾਇਆਪਾਲਟ ਕੀਤੀ ਸੀ ਉਹਨਾਂ ਦੀ ਭਤੀਜੀ ਮਧੂ ਡਾਂਗ ਨੇ ਹਾਲ ਹੀ ਵਿੱਚ ਇੱਥੇ ਪ੍ਰੋਗਰਾਮ ਕਰਾਇਆ ਸੀ ਜਿੱਥੇ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ ਨਤੀਜੇ ਵੀ ਕਹਿੰਦੇ ਇਹ ਸਕੂਲ ਦੇ ਪਹਿਲਾਂ ਤੋਂ ਹੀ ਬਹੁਤ ਚੰਗੇ ਹੁੰਦੇ ਨੇ ਕਾਫੀ ਸਮੇਂ ਤੋਂ ਮੈਂ ਦੇਖ ਰਿਹਾ ਅਸੀਂ ਤਾਂ ਨਵੇਂ ਬਿਹਤਰੀਨ ਸਕੂਲ ਬਣਾਉਣ ਦੇ ਵਾਅਦੇ ਕੀਤੇ ਸੀ ਉਹ ਕਿੱਧਰ ਗਏ ਕਿਰਪਾ ਕਰਕੇ ਚਾਨਣਾ ਪਾਓ ਜਦੋਂ ਇਹ ਗੱਲ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਨੇ ਜਨਤਕ ਕਰ ਦਿੱਤੀ ਤਾਂ ਕਾਂਗਰਸੀ ਪਿੱਛੇ ਕਿਵੇਂ ਰਣ ਵਿਰੋਧੀ ਪਿੱਛੇ ਕਿਵੇਂ ਰਣ ਕਾਂਗਰਸ ਦੇ ਵਿਧਾਇਕ ਸੁਪਾਲ ਸਿੰਘ ਖੈਰਾ ਨੇ ਇਸ ਨੂੰ ਸ਼ਰਮਨਾਕ ਦੱਸਿਆ ਖੈਰਾ ਨੇ ਕੁਮਰ ਵਿਜੇ ਪ੍ਰਤਾਪ ਦੀ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਭਗਵੰਤ ਮਾਨ ਤੇ ਕੇਜਰੀਵਾਲ ਜੀ ਇਹ ਸ਼ਰਮਨਾਕ ਹੈ ਤੁਸੀਂ ਲੋਕਾਂ ਦੇ ਕਰੋੜਾਂ ਰੁਪਏ ਇੱਕ ਪਹਿਲਾਂ ਤੋਂ ਤਿਆਰ ਸਮਾਰਟ ਸਕੂਲ ਦੇ ਮੁਰ ਉਦਘਾਟਨ ਤੇ ਖਰਚ ਕਰ ਦਿੱਤੇ ਨੇ ਕੁਮਰ ਵਿਜੇ ਪ੍ਰਤਾਪ ਨੇ ਤੁਹਾਡੀ ਪੋਲ ਖੋਲ੍ਹ ਦਿੱਤੀ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਸਕੂਲ ਤਾਂ ਪਿਛਲੀ ਸਰਕਾਰ ਨੇ ਬਣਾ ਦਿੱਤਾ ਸੀ ਪਹਿਲਾਂ ਤੋਂ ਹੀ ਕਾਫੀ ਚੰਗਾ ਚੱਲ ਰਿਹਾ ਸੀ ਤਾਂ ਫਿਰ ਇਹ ਤਮਾਸ਼ਾ 700 ਬੱਸਾਂ ਭਰ ਕੇ ਕਿਉਂ ਲਿਆਏ ਪੰਜਾਬ ਇਸ ਗੱਲ ਦਾ ਜਵਾਬ ਚਾਹੁੰਦਾ ਹੈ ਦਰਸਲ ਬੁੱਧਵਾਰ ਨੂੰ ਜਦੋਂ ਪਹਿਲੇ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕੀਤਾ ਗਿਆ ਤਾਂ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਬਸਾਂ ਰੋਡਵੇਜ਼ ਦੀਆਂ ਬਸਾਂ ਲਗਭਗ ਬੰਦ ਰਹੀਆਂ ਸਨ ਸਵਾਰੀਆਂ ਖੱਜਲਖੁਆਰ ਹੋਈਆਂ ਕਿਉਂਕਿ ਸਾਰੀਆਂ ਬਸਾਂ ਪੂਰੇ ਪੰਜਾਬ ਤੋਂ ਲੋਕਾਂ ਨੂੰ ਭਰ ਕੇ ਲਿਜਾਣ ਦੇ ਲਈ ਲਾਈਆਂ ਗਈਆਂ ਸਨ ਕਿਉਂਕਿ ਐਮਿਨੈਂਸ ਸਕੂਲ ਦੇ ਉਦਘਾਟਨ ਤੋਂ ਬਾਅਦ ਅਰਵਿੰਦ ਕੇਜੀਵਾਲ ਤੇ ਭਗਵੰਤ ਮਾਨ ਨੇ ਅੰਮ੍ਰਿਤਸਰ ਦੇ ਵਿੱਚ ਰੈਲੀ ਵੀ ਕੀਤੀ ਸੀ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕਸਬਾ ਅਮਲੋਹ ਦੇ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਨਰਸਿੰਗ ਦੀ ਵਿਦਿਆਰਥਣਾ ਜਿਨ੍ਹਾਂ ਦੀ ਖਬਰ ਅਸੀਂ ਕੱਲ ਵੀ ਤੁਹਾਨੂੰ ਦੱਸੀ ਸੀ ਉਹਦੇ ਨਵੀਂ ਅਪਡੇਟ ਆਈ ਹੈ ਇਸ ਤਰ੍ਹਾਂ ਦੇ ਦਰਮਿਆਨ ਹਾਲਾਤ ਇੱਥੇ ਬੇਕਾਬੂ ਹੋ ਗਏ ਵੀਰਵਾਰ ਨੂੰ ਵਾਈਸ ਚਾਂਸਲਰ ਦੇ ਸਕੱਤਰ ਦੇ 72 ਨਾਲ ਲਾ ਕੇ ਬੈਠੀਆਂ ਨਰਸਿੰਗ ਦੇ ਵਿਦਿਆਰਥਣਾਂ ਤੇ ਪੰਜਾਬ ਪੁਲਿਸ ਦੇ ਵਿਚਾਲੇ ਤਿੱਖੀ ਝੜਪ ਹੋਈ ਜ਼ਿਆਦਾਤਰ ਵਿਦਿਆਰਥਣਾਂ ਜੰਮੂ ਕਸ਼ਮੀਰ ਦੀਆਂ ਲੱਗ ਰਹੀਆਂ ਨੇ ਕਿਉਂਕਿ ਉਹਨਾਂ ਨੇ ਬੁਰਕੇ ਪਹਿਨੇ ਹੋਏ ਸੀ ਪੁਲਿਸ ਵੱਲੋਂ ਉਹਨਾਂ ਦਾ ਧਰਨਾ ਹਟਵਾਉਣ ਤੋਂ ਬਾਅਦ ਵਿਦਿਆਰਥਣਾਂ ਨੂੰ ਕਾਬੂ ਕਰਨ ਦੇ ਲਈ ਲਾਠੀ ਚਾਰਜ ਵੀ ਕੀਤਾ ਗਿਆ ਹਾਲਾਂਕਿ ਵਿਦਿਆਰਥਣਾਂ ਨੇ ਵੀ ਪੁਲਿਸ ਨਾਲ ਤਗੜਾ ਮੁਕਾਬਲਾ ਕਰਦੇ ਆ ਥੋੜਾ ਬਹੁਤ ਪਥਰਾ ਵੀ ਕੀਤਾ ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਦਾ ਇਲਜ਼ਾਮ ਹੈ ਕਿ ਕਾਲਜ ਨੇ ਉਹਨਾਂ ਨਾਲ ਯੂਨੀਵਰਸਿਟੀ ਦੇ ਕੋਲ ਇੰਡੀਅਨ ਨਰਸਿੰਗ ਕਾਉਂਸਲ ਦੀ ਮਾਨਤਾ ਹੀ ਨਹੀਂ ਹੈ ਸਿਰਫ ਪੰਜਾਬ ਨਰਸਿੰਗ ਕਾਉਂਸਲ ਦੀ ਮਾਨਤਾ ਦੀਆਂ 60 ਸੀਟਾਂ ਨੇ ਦਾਖਲਾ 150 ਤੋਂ ਵੱਧ ਸੀ ਤੇ ਹੁਣ ਜਦੋਂ ਕੋਰਸ ਪੂਰਾ ਹੋ ਗਿਆ ਤਾਂ ਡਿਗਰੀ ਨਹੀਂ ਦਿੱਤੀ ਜਾ ਰਹੀ ਵਿਦਿਆਰਥਣਾਂ ਦਾ ਭਵਿੱਖ ਦਾਤੇ ਲੱਗ ਗਿਆ ਹੈ ਪੁਲਿਸ ਵੀ ਕਹਿੰਦੀ ਹੈ ਯੂਨੀਵਰਸਿਟੀ ਦਾ ਸਾਥ ਦੇ ਰਹੀ ਹੈ ਪ੍ਰਦਰਸ਼ਨ ਕਰਨ ਤੋਂ ਰੋਕਣ ਦੇ ਲਈ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਦੋ ਜ਼ਿਲ੍ਹਿਆਂ ਦੀ ਪੁਲਿਸ ਇੱਥੇ ਲਾ ਦਿੱਤੀ ਗਈ ਹੈ ਇਸ ਦਰਮਿਆਨ ਫਤਿਹਗੜ੍ਹ ਸਾਹਿਬ ਦੇ ਐਸਪੀ ਰਾਕੇਸ਼ ਯਾਦਵ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਅਸੀਂ ਸਮਝਾ ਰਹੇ ਹਾਂ ਮੈਨੇਜਮੈਂਟ ਦੇ ਨਾਲ ਵੀ ਗੱਲ ਚੱਲ ਰਹੀ ਛੇ 30 ਮਸਲੇ ਦਾ ਹਲਕੜਿਆ ਜਾਊਗਾ ਤੇ ਮੈਨੇਜਮੈਂਟ ਨੂੰ ਜਦੋਂ ਅਸੀਂ ਫੋਨ ਕਰਦੇ ਹਾਂ ਸਾਡੀ ਟੀਮ ਫੋਨ ਕਰਦੀ ਹੈ ਤਾਂ ਉਹ ਜਦੋਂ ਉਹਨਾਂ ਨੂੰ ਸੁਣਦਾ ਕਿ ਅਸੀਂ মিডিਆ ਤੋਂ ਬੋਲ ਰਹੀਆਂ ਨਾਲ ਦੀ ਨਾਲ ਫੋਨ ਕੱਢ ਦਿੰਦੇ ਨੇ ਯਾਨੀ ਕਿ ਉਹ ਕੋਈ ਵੀ ਗੱਲ ਦਾ ਜਵਾਬ ਦੇਣ ਨੂੰ ਤਿਆਰ ਨਹੀਂ ਹਨ ਦੂਸਰੀ ਖਬਰ ਵੀ ਇੱਕ ਹੋਰ ਯੂਨੀਵਰਸਿਟੀ ਤੋਂ ਆ ਰਹੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਲਵੇ ਦੀ ਨਾਮੀ ਯੂਨੀਵਰਸਿਟੀ ਹੈ ਇੱਥੇ ਬੁੱਧਵਾਰ ਰਾਤ ਨੂੰ ਭੇਤ ਭਰੀ ਹਾਲਤ ਵਿੱਚ ਵਿਦਿਆਰਥਣ ਦੀ ਜਾਨ ਚਲੀ ਗਈ ਤੇ ਉਸ ਤੋਂ ਬਾਅਦ ਵਿਦਿਆਰਥੀਆਂ ਨੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵੀਸੀ ਦਫ਼ਤਰ ਦੇ ਬਾਹਰ ਇੱਕ ਪ੍ਰੋਫੈਸਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਪਰਿਵਾਰਿਕ ਮੈਂਬਰਾਂ ਨੇ ਕਥਿਤ ਤੌਰ ਤੇ ਇਲਜ਼ਾਮ ਲਾਏ ਨੇ ਕਿ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾਕਟਰ surjit ਦੇ ਵੱਲੋਂ ਮਾਨਸਿਕ ਤੌਰ ਤੇ ਉਹਨਾਂ ਦੀ ਧੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ ਲਾਫ ਫਿਰ ਮਾਪਿਆਂ ਤੇ ਵਿਦਿਆਰਥੀਆਂ ਨੇ ਵੀਸੀ ਦਫਤਰ ਦੇ ਮੂਹਰੇ ਧਰਨਾ ਲਾਇਆ ਕਾਰਵਾਈ ਦੀ ਮੰਗ ਕੀਤੀ ਪਤਾ ਲੱਗੇ ਕਿ ਜ਼ਿਲ੍ਹਾ ਬਠਿੰਡਾ ਦੇ ਪਿੰਡ ਚੌਕੇ ਦੀ ਰਹਿਣ ਵਾਲੀ ਜਸ਼ਨਪ੍ਰੀਤ ਕੌਰ ਸੀ ਪ੍ਰਾਜੈਕਟ ਸੀਰ ਨੇ ਦੱਸਿਆ ਕਿ ਉਹ ਬਿਮਾਰ ਰਹਿੰਦੀ ਸੀ ਸਿਰਫ ਉਹਨੂੰ 5 ਦਿਨਾਂ ਦੀ ਛੁੱਟੀ ਦਿੱਤੀ ਗਈ ਜਸ਼ਨਦੀਪ ਨੂੰ ਲੰਘੇ ਦਿਨ ਹੀ ਘਰ ਲੈ ਕੇ ਗਏ ਸੀ ਦਵਾਈ ਦਿੱਤੀ ਗਈ ਪਰ ਰਾਤ ਨੂੰ ਖੂਨ ਦੀ ਉਲਟੀ ਆਉਣ ਨਾਲ ਉਹਦੀ ਮੌਤ ਹੋ ਗਈ ਕਿਉਂਕਿ ਉਹ ਮਾਨਸਿਕ ਤਣਾਅ ਦੇ ਵਿੱਚ ਵੀ ਰਹਿੰਦੀ ਸੀ ਭਰਾ ਨੇ ਦੋਸ਼ ਲਾਇਆ ਕਿ ਉਕਤ ਪ੍ਰੋਫੈਸਰ ਦਾ ਰਵੱਈਆ ਬਹੁਤ ਮਾੜਾ ਸੀ ਵਿਦਿਆਰਥੀਆਂ ਨੇ ਵੀ ਦੋਸ਼ ਲਾਇਆ ਕਿ ਵਿਦਿਆਰਥਣ ਨੂੰ ਇਹ ਪ੍ਰੋਫੈਸਰ ਡਾਂਟਦਾ ਹੀ ਰਹਿੰਦਾ ਸੀ ਪ੍ਰਦਰਸ਼ਨ ਦੌਰਾਨ ਅਧਿਆਪਕ ਤੇ ਵਿਦਿਆਰਥੀ ਹੱਥੋਂ ਪਾਈ ਵੀ ਹੋਗੇ ਇਲਜ਼ਾਮਾਂ ਦੇ ਵਿੱਚ ਕਿਰੇ ਡਾਕਟਰ surjit ਵੀ ਜ਼ਖਮੀ ਹੋਏ ਦੂਸਰੇ ਪਾਸੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਦਲਜੀਤ ਅਮੀਨ ਨੇ ਦੱਸਿਆ ਕਿ 5 ਸਾਲਾ ਇੰਟੀਗ੍ਰੇਟਿਡ ਕੋਰਸ ਦੇ ਪਹਿਲੇ ਸਾਲ ਦੀ ਵਿਦਿਆਰਥਣ ਜਸ਼ਨਦੀਪ ਉਹ ਪਹਿਲਾਂ ਤੋਂ ਹੀ ਬਿਮਾਰ ਚੱਲ ਰਹੀ ਸੀ ਲੰਗੇ ਦਿਨ ਤਬੀਅਤ ਖਰਾਬ ਹੋ ਗਈ ਤੇ ਪਰਿਵਾਰ ਉਹਨੂੰ ਆਪਣੇ ਘਰ ਲੈ ਗਿਆ ਸੀ ਇਸ ਤਰ੍ਹਾਂ ਯੂਨੀਵਰਸਿਟੀ ਦੇ ਵੀਸੀ ਪ੍ਰੋਫੈਸਰ ਅਰਵਿੰਦ ਨੇਵੀ ਇਹੀ ਬਿਆਨ ਦਿੱਤਾ ਹੈ ਕਿ ਵਿਦਿਆਰਥਣ ਬਿਮਾਰ ਸੀ ਉਹਦਾ ਇਲਾਜ ਚੱਲ ਰਿਹਾ ਸੀ ਵਿਦਿਆਰਥੀਆਂ ਵੱਲੋਂ ਲਾਏ ਦੋਸ਼ਾਂ ਨੂੰ ਵੀਸੀ ਨੇ ਬੇਬੁਨਿਆਦ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਵਿਦਿਆਰਥਣ ਦੇ ਮਾਪੇ ਉਸਨੂੰ ਰਾਤ ਨੂੰ ਹੀ ਘਰ ਲੈ ਗਏ ਸਨ ਤੇ ਯੂਨੀਵਰਸਿਟੀ ਕੈਂਪਸ ਦੇ ਹੈਲਥ ਸੈਂਟਰ ਸੈਂਟਰ ਦੇ ਵਿੱਚ ਮੋਢਲੀ ਸਹਾਇਤਾ ਵੀ ਵਿਦਿਆਰਥਣ ਨੂੰ ਦਵਾਈ ਗਈ ਸੀ ਸ਼ਹੀਦਾਂ ਦੀ ਧਰਤੀ ਇਤਿਹਾਸਿਕ ਨਗਰੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਮਰਿਆਦਾ ਭੰਗ ਕਰਨ ਦੀ ਇੱਕ ਵੱਡੀ ਸ਼ਰਮਨਾਕ ਖਬਰ ਦਸਨੀ ਪੈ ਰਹੀ ਹੈ ਮੁੱਖ ਗੁਰਦੁਆਰਾ ਸਾਹਿਬ ਦੇ ਜੂੜਾ ਘਰ ਦੇ ਨੇੜੇ ਇੱਕ ਵਾਇਰਲ ਵੀਡੀਓ ਸਾਹਮਣੇ ਆਇਆ ਹੈ ਜ ਜਿਹਦੇ ਵਿੱਚ ਇੱਕ ਨਿਹੰਗ ਸਿੰਘ ਇੱਕ ਵਿਅਕਤੀ ਨੂੰ ਸਬਕ ਸਿਖਾ ਰਿਹਾ ਹੈ ਕੁੱਟਮਾਰ ਕਰ ਰਿਹਾ ਹੈ ਕਿ ਉਹ ਕਿਉਂਕਿ ਉਹ दारू ਪੀ ਕੇ ਗੁਰੂ ਘਰ ਦੇ ਵਿੱਚ ਦਾਖਲ ਹੋਇਆ ਸੀ ਦੱਸਿਆ ਜਾ ਰਿਹਾ ਕਿ ਜੋੜਾ ਘਰ ਦੇ ਬੈਂਚ ਤੇ ਉਹ ਬੈਠਾ ਸੀ ਹਾਲਤ ਬਹੁਤ ਮਾੜੀ ਸੀ ਸ਼ਰਾਬ ਦੀ ਬੋ ਆ ਰਹੀ ਸੀ ਨਿਹੰਗ ਸਿੰਘ ਨੇ ਵੇਖਿਆ ਕਿ ਉਹ ਨਸ਼ੇ ਵਿੱਚ ਤੁੱਤ ਹੈ ਤਾਂ ਉਸ ਨੂੰ ਖੂਬ ਕੋਟਾਪਾ ਚੜਾਇਆ ਫਿਰ ਨੱਕ ਨਾਲ ਲਕੀਰਾਂ ਵੀ ਕਟਾਈਆਂ ਕਢਾਈਆਂ ਤੇ ਗੁਰੂ ਘਰ ਤੋਂ ਬਾਹਰ ਭਜਾ ਦਿੱਤਾ ਵੱਡੀ ਸ਼ਰਮਨਾਕ ਗੱਲ ਇਹ ਸਾਹਮਣੇ ਆਈ ਹੈ ਕਿ ਸ਼ਰਾਬੀ ਸ਼ਖਸ ਨੇ ਨੀਲੇ ਰੰਗ ਦਾ ਕੁੜਤਾ ਤੇ ਕਾਲੇ ਰੰਗ ਦੇ ਦਸਤਾਰ ਸਜਾਈ ਸੀ ਦਾੜਾ ਪ੍ਰਕਾਸ਼ ਸੀ ਇੱਥੋਂ ਤੱਕ ਕਿ ਅੰਮ੍ਰਿਤ ਪਾਣ ਦਾ ਦਿਖਾਵਾ ਵੀ ਕੀਤਾ ਹੋਇਆ ਸੀ ਇਹ ਘਟਨਾ ਐਸਪੀਸੀ ਦੇ ਪ੍ਰਬੰਧ ਤੇ ਵੀ ਸਵਾਲ ਚੁੱਕਦੀ ਹੈ ਕਿਉਂਕਿ ਗੇੜ ਖੜੇ ਸੇਵਾਦਾਰਾ ਨੇ ਇਸ ਸ਼ਖਸ ਨੂੰ ਆਖਿਰਕਾਰ ਕਿਵੇਂ ਅੰਦਰ ਜਾਣ ਦੇ ਦਿੱਤਾ ਜਿਹਦੇ ਮੂੰਹ ਦੇ ਵਿੱਚੋਂ ਇੰਨੀ ਸ਼ਰਾਬ ਦੀ ਬਦਬੂ ਆ ਰਹੀ ਸੀ 29 ਸਾਲਾਂ ਬਾਅਦ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਾਬਕਾ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦੇ ਗੁਰਪ੍ਰਤਾਪ ਸਿੰਘ ਟਿੱਕਾ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਇਸ ਸੀਨੀਅਰ ਅਕਾਲੀ ਲੀਡਰ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਦਿੱਲੀ ਪਹੁੰਚੇ ਅਤੇ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਹਾਲਾਂਕਿ ਇਹਨਾਂ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਵਾਲੇ ਛੀਨਾ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਮਿਲ ਸਕੀ ਪੰਜਾਬ ਸਰਕਾਰ ਨੇ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਦੋ ਹੋਰ ਟੋਲ ਪਲਾਜ਼ੇ ਬੰਦ ਕਰਵਾ ਦਿੱਤੇ ਨੇ ਪਲਾਜ਼ੇ ਇਥੇ ਸਮੇਂ ਤੋਂ 48 ਪਹਿਲਾਂ ਹੀ ਬੰਦ ਕਰ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮਨਜੂਦ ਖੇੜਾ ਨੇ ਖੁਦ ਜਾ ਕੇ ਫਾਜ਼ਿਲਕਾ ਦੇ ਪਿੰਡ ਥੇ ਕਲੰਦਰ ਅਤੇ ਮਹਾਮੂ ਜੋਇਆਂ ਟੋਲ ਪਲਾਜ਼ੇ ਨੂੰ ਬੰਦ ਕਰਵਾਇਆ ਇਹਨਾਂ ਦਾ ਸਮਾਂ 31 ਅਕਤੂਬਰ ਨੂੰ ਖਤਮ ਹੋਣਾ ਸੀ ਪਰ 48 ਦਿਨ ਪਹਿਲਾਂ ਹੀ ਇਹ ਬੰਦ ਕਰ ਦਿੱਤੇ ਗਏ ਨੇ ਭਾਰਤ ਨੇ ਅੰਮ੍ਰਿਤਸਰ ਦੇ ਵਿਚਾਰ ਟਾਰੀ ਸਰਹੱਦ ਤੇ ਲਾਏਗੇ ਤਿਰੰਗੇ ਦੇ ਖੰਬੇ ਦੀ ਉਚਾਈ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲੋਂ 18 ਫੁੱਟ ਵਧਾ ਦਿੱਤੀ ਹੈ ਮੌਜੂਦਾ ਸਮੇਂ ਦੇ ਵਿੱਚ ਭਾਰਤੀ ਤਿਰੰਗੇ ਦੇ ਖੰਬੇ ਦੀ ਉਚਾਈ 360 ਫੁੱਟ ਹੈ ਜਦਕਿ ਪਾਕਿਸਤਾਨ ਦੇ ਖੰਬੇ ਦੀ ਉਚਾਈ 400 ਫੁੱਟ ਹੈ ਹੁਣ ਗੋਲਡਨ ਗੇਟ ਦੇ ਸਾਹਮਣੇ ਭਾਰਤ ਦਾ 418 ਫੁੱਟ ਉੱਚਾ ਝੰਡਾ ਤਿਆਰ ਹੈ ਅਤੇ ਉਦਘਾਟਨ ਦੀ ਉਡੀਕ ਕਰ ਰਿਹਾ ਹੈ ਉਦਘਾਟਨ ਕੁਝ ਦਿਨਾਂ ਦੇ ਵਿੱਚ ਹੋਣਾ ਸੀ ਪਰ ਕੁਝ ਪਰ ਕੁਝ ਕਾਰਨਾਂ ਕਰਕੇ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਹ 플ੈਗ ਪੋਲ ਨੈਸ਼ਨਲ ਹਾਈਵੇ ਥੋਰਟੀ ਇੰਡੀਆ ਦੇ ਵੱਲੋਂ 3.5 ਕਰੋੜ ਰੁਪਏ ਚਲਾਇਆ ਗਿਆ ਇਹ ਫਲੈਗ ਪੋਲ 골ਡਨ ਗੇਟ ਦੇ ਬਿਲਕੁਲ ਸਾਹਮਣੇ 360 ਫੁੱਟ ਉੱਚੇ ਪੁਰਾਣੇ ਝੰਡੇ ਵਾਲੇ ਖੰਭੇ ਤੋਂ 100 ਮੀਟਰ ਦੀ ਦੂਰੀ ਤੇ ਲਾਇਆ ਗਿਆ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਅੱਜ ਕੀ ਕੁਝ ਜਾਣਕਾਰੀਆਂ ਮਿਲੀਆਂ ਨੇ ਉਹ ਵੀ ਤੁਹਾਨੂੰ ਦੱਸ ਦਿੰਨੇ ਆਂ ਬਾਲੀਵੁੱਡ ਅਦਾਕਾਰ ਸੋਨੂ ਸੂਦ ਅਤੇ ਪੰਜਾਬੀ ਅਦਾਕਾਰ ਗੱਗੂ ਗਿੱਲ ਤੋਂ ਬਾਅਦ ਹੁਣ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਵੀ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਚ ਸ਼ਾਮਲ ਹੋ ਗਏ ਨੇ ਵਡਾਲੀ ਨੇ ਲੋਕਾਂ ਨੂੰ ਪੰਜਾਬ ਸਰਕਾਰ ਤੇ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਵਡਾਲੀ ਨੇ ਕਿਹਾ ਕਿ ਜਿਹੜੇ ਲੋਕ ਨਸ਼ੇ ਦੇ ਆਦੀ ਨੇ ਨਸ਼ਾ ਛੱਡਣਾ ਚਾਹੁੰਦੇ ਨੇ ਉਹ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਮੁਫਤ ਇਲਾਜ ਕਰਵਾ ਸਕਦੇ ਨੇ ਸੰਗਰੂਰ ਤੋਂ ਖਬਰ ਹੈ ਜਿੱਥੇ ਐਸਐਸਪੀ ਸੁਨਿੰਦਰ ਲਾਂਬਾ ਨੇ ਰਸਮੀ ਕਾਰਵਾਈਆਂ ਨੂੰ ਛੱਡ ਕੇ ਨਸ਼ੇ ਨੂੰ ਖਤਮ ਕਰਨ ਦੀ ਕਮਾਨ ਆਪਣੇ ਹੱਥਾਂ 'ਚ ਲੈ ਲਈ ਹੈ। ਸੰਗਰੂਰ ਪੁਲਿਸ ਦਾ ਇੱਕ ਨੰਬਰ ਜਾਰੀ ਕਰਦੇ ਆ ਉਹਨਾਂ ਕਿਹਾ ਹੈ ਕਿ ਇਸ ਨੰਬਰ ਤੇ ਤੁਸੀਂ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿਓ, ਤੁਹਾਡਾ ਨਾਮ ਗੁਪਤ ਰੱਖਾਂਗੇ। ਪਰ ਤੁਸੀਂ ਪੁਲਿਸ ਨਾਲ ਸਹਿਯੋਗ ਕਰੋ। ਇਸ ਦੇ ਨਾਲ ਹੀ ਸ਼ੇਰਪੁਰ ਦੇ ਵਿੱਚ ਨਸ਼ਾ ਵੇਚਣ ਵਾਲੀਆਂ ਔਰਤਾਂ ਨੂੰ ਮਨਰੇਗਾ ਦੇ ਜੋਬ ਕਾਰਡ ਵੀ ਐਸਐਸਪੀ ਦੇ ਵੱਲੋਂ ਵੰਡੇ ਗਏ। ਸੁਨਿੰਦਰ ਲਾਂਬਾ ਨੇ ਕਿਹਾ ਕਿ ਤੁਹਾਡੇ ਬੱਚਿਆਂ ਦੀ ਵਰਦੀ ਤੇ ਸਟੇਸ਼ਨਰੀ ਦਾ ਖਰਚਾ ਸੰਗਰੂਰ ਪੁਲਿਸ ਕਰੇਗੀ ਪਰ ਤੁਸੀਂ ਇਸ ਘਟੀਆ ਕੰਮ ਨੂੰ ਛੱਡ ਦਿਓ ਐਸਐਸਪੀ ਲਾਂਬਾ ਨੇ ਆਮ ਲੋਕਾਂ ਖਾਸ ਕਰਕੇ ਨਸ਼ਾ ਤਸਕਰਾਂ ਨੂੰ ਫੜਨ ਵਾਲੇ ਨੌਜਵਾਨਾਂ ਨੂੰ ਕਿਹਾ ਕਿ ਜੇਕਰ ਕੋਈ ਨਸ਼ਾ ਕਰਨ ਵਾਲਾ ਵਿਅਕਤੀ ਤੁਹਾਨੂੰ ਮਿਲੇ ਤਾਂ ਸਾਨੂੰ ਦੱਸੋ ਅਸੀਂ ਉਸ ਦਾ ਮੁਫਤ ਇਲਾਜ ਵੀ ਕਰਵਾਵਾਂਗੇ ਕਾਉਂਸਲਿੰਗ ਵੀ ਕਰਾਂਗੇ ਪਟਿਆਲਾ ਤੋਂ ਖਬਰ ਮਿਲੀ ਹੈ ਜਿੱਥੇ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨਸ਼ਾ ਤਸਕਰ ਤੇ ਗੈਂਗਸਟਰ ਅਮਰੀਕ ਸਿੰਘ ਨੇ ਪੁਲਿਸ ਰਿਮਾਂਡ ਦੇ ਵਿੱਚ ਕਈ ਖੁਲਾਸੇ ਕੀਤੇ ਨੇ ਪੁਲਿਸ ਦੀ ਜਾਂਚ ਦੌਰਾਨ ਤਸਕਰ ਅਮਰੀਕ ਸਿੰਘ ਨੇ ਦੱਸਿਆ ਕਿ ਭੋਪਾਲ ਤੋਂ ਇੱਕ ਫੌਜੀ ਮਨਪ੍ਰੀਤ ਸ਼ਰਮਾ ਵੀ ਉਹਦੇ ਨਾਲ ਮਿਲਿਆ ਹੋਇਆ ਹੈ ਮਨਪ੍ਰੀਤ ਸ਼ਰਮਾ ਨੇ ਹੀ ਹੁਣ ਸਾਰੀ ਜਾਣਕਾਰੀ ਦਿੱਤੀ ਸੀ ਕਿ ਫੌਜ ਦੀਆਂ ਗਤੀਵਿਧੀਆਂ ਚੋਂ ਕੀ ਕੀ ਕੰਮ ਹੁੰਦੇ ਨੇ ਕਿਹੜੀ ਯੂਨਿਟ ਕਿੱਥੇ ਸਥਿਤ ਹੈ ਉਸਦੇ ਖੁਲਾਸੇ ਤੇ ਹੀ ਪੁਲਿਸ ਨੇ ਫੌਜੀ ਮਨਪ੍ਰੀਤ ਸ਼ਰਮਾ ਨੂੰ ਵੀ ਭੋਪਾਲ ਤੋਂ ਗ੍ਰਿਫਤਾਰ ਕਰ ਲਿਆ ਜਿਸ ਦਾ 5 ਦਿਨ ਦਾ ਪੁਲਿਸ ਰਿਮਾਂਡ ਮਿਲ ਚੁੱਕਿਆ ਹੈ ਅਮਰੀਕ ਸਿੰਘ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਭਾਰਤੀ ਫੌਜ ਦੀਆਂ ਖੁਫੀਆ ਜਾਣਕਾਰੀਆਂ ਭੇਜਦਾ ਸੀ ਜਿਸ ਦਾ ਪਤਾ ਲੱਗਣ ਤੇ ਪੁਲਿਸ ਨੇ ਉਸ ਦਾ ਰਿਮਾਂਡ ਲਿਆ ਪੁੱਛਗਿੱਛ ਕੀਤੀ ਤੇ ਆਖਿਰਕਾਰ ਇੰਨੀ ਵੱਡੀ ਕਹਾਣੀ ਸਾਹਮਣੇ ਆ ਗਈ ਚੰਡੀਗੜ੍ਹ ਤੋਂ ਪੰਜਾਬ ਦੇ ਬਾਜ਼ਾਰਾਂ 'ਚ दारू ਦੀ ਅਣੇਵਾ ਤਸਕਰੀ ਹੋ ਰਹੀ ਹੈ ਇਹ ਖੁਲਾਸਾ ਪੰਜਾਬ ਦੇ ਆਪਕਾਰੀ ਵਿਭਾਗ ਦੀ ਰਿਪੋਰਟ ਤੋਂ ਹੋਇਆ ਹੈ ਪੰਜਾਬ ਦੇ ਆਪਕਾਰੀ ਵਿਭਾਗ ਨੇ ਅਪ੍ਰੈਲ ਤੋਂ ਅਗਸਤ ਤੱਕ ਵੱਖ-ਵੱਖ ਇਲਾਕਿਆਂ ਦੇ ਵਿੱਚ ਛਾਪੇਮਾਰੀ ਕਰਕੇ ਚੰਡੀਗੜ੍ਹ ਤੋਂ ਨਜਾਇਜ਼ ਸ਼ਰਾਬ ਅਪਲਾਈ ਸ਼ਰਾਬ ਸਪਲਾਈ ਕਰਨ ਦੇ ਕਈ ਮਾਮਲਿਆਂ ਦਾ ਪਤਾ ਲਗਾਇਆ ਅਧਿਕਾਰੀਆਂ ਵੱਲੋਂ ਫੜੀ ਗਈ ਨਜਾਇਜ਼ ਸ਼ਰਾਬ ਦੀ ਸਪਲਾਈ ਦੇ ਵਿੱਚੋਂ 18 ਮਾਮਲੇ ਚੰਡੀਗੜ੍ਹ ਨਾਲ ਸੰਬੰਧਿਤ ਨੇ ਇਹਨਾਂ ਮਾਮਲਿਆਂ ਦੇ ਵਿੱਚ ਕਰੀਬ 2916 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਨੇ ਪੰਜਾਬ ਦੇ ਆਪਕਾਰੀ ਵਿਭਾਗ ਨੂੰ ਖਦਸ਼ਾ ਹੈ ਕਿ ਫੜੀ ਗਈ ਨਜਾਇਜ਼ ਸ਼ਰਾਬ ਤੋਂ ਇਲਾਵਾ ਚੰਡੀਗੜ੍ਹ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਪਹੁੰਚਾਈ ਜਾ ਸਕਦੀ ਹੈ ਆਪਕਾਰੀ ਵਿਭਾਗ ਨੇ ਹੁਣ ਖਾਸ ਤੌਰ ਤੇ ਚੰਡੀਗੜ੍ਹ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਜਾਂਚ ਦੇ ਵਿੱਚ ਤੇਜ਼ੀ ਕਰ ਦਿੱਤੀ ਹੈ ਪੰਜਾਬ ਆਫਕਾਰੀ ਵਿਭਾਗ ਦੇ ਕਮਿਸ਼ਨਰ ਵਰਨ ਰੂਜ਼ਮ ਨੇ ਚੰਡੀਗੜ੍ਹ ਤੋਂ ਸੂਬੇ ਦੇ ਵਿੱਚ ਨਜਾਇਜ਼ ਸ਼ਰਾਬ ਦੀ ਤਸਕਰੀ ਦੇ ਮਾਮਲੇ ਵਿੱਚ ਮਾਮਲੇ ਬਾਰੇ ਡੀਸੀ ਚੰਡੀਗੜ੍ਹ ਦੇ ਵਿਨੇ ਪ੍ਰਤਾਪ ਸਿੰਘ ਨੂੰ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਡਿਸਟਿਲਰੀਆਂ ਤੇ ਬੋਟਲਿੰਗ ਪਲਾਂਟਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਚੰਡੀਗੜ੍ਹ ਤੋਂ ਪੰਜਾਬ ਨੂੰ ਸ਼ਰਾਬ ਦੀ ਤਸਕਰੀ ਦੇ 186 ਮਾਮਲੇ ਦਰਜ ਵੀ ਕੀਤੇ ਗਏ ਨੇ ਰਾਜਸਥਾਨ ਪੁਲਿਸ ਨੇ ਨਾਸਿਰ ਜੁਨੈਦ ਕਾਂਡ ਦੇ ਵਿੱਚ ਮੁੱਖ ਮਲਜ਼ਮ ਉਹਨੂੰ ਮਾਨਸਰ ਨੂੰ ਮੁੜ ਸਥਾਨਕ ਅਦਾਲਤ ਦੇ ਵਿੱਚ ਪੇਸ਼ ਕੀਤਾ ਅਦਾਲਤ ਨੇ ਉਸਨੂੰ ਫਿਰ 15 ਦਿਨਾਂ ਦੇ ਲਈ ਹੁਣ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਯਾਨੀ ਕਿ ਜੇਲ੍ਹ ਭੇਜ ਦਿੱਤਾ ਹੈ ਹੁਣ ਪੁਲਿਸ ਦੀ ਇੰਟਰੋਗੇਸ਼ਨ ਨਹੀਂ ਹੋਵੇਗੀ ਪੁਲਿਸ ਮੁਤਾਬਕ ਮੋਨੂ ਮਾਨਸਰ ਤੋਂ 2 ਦਿਨ ਕੀਤੀ ਗਈ ਪੁੱਛ ਪੜਤਾਲ ਦੌਰਾਨ ਉਸਨੇ ਦੱਸਿਆ ਕਿ ਉਸ ਮਾਮਲੇ ਵਿੱਚ ਪਹਿਲਾਂ ਤੋਂ ਹੀ ਗ੍ਰਿਫਤਾਰ ਮੁਲਜ਼ਮ ਰਿੰਕੂ ਦੇ ਸੰਪਰਕ ਵਿੱਚ ਸੀ ਦੋਵਾਂ ਨੇ ਨਸ਼ੇ ਤੇ ਜੁਨਾਹ ਨੂੰ ਅਗਵਾ ਕਰਨ ਤੋਂ ਪਹਿਲਾਂ ਤੇ ਬਾਅਦ ਵਿੱਚ ਟੈਲੀਫੋਨ ਰਾਹੀਂ ਆਪਸ ਵਿੱਚ ਗੱਲਬਾਤ ਕੀਤੀ ਸੀ ਪੁਲਿਸ ਮੁਤਾਬਕ ਮੋਨੂ ਇਸ ਅਪਰਾਧ ਦੇ ਵਿੱਚ ਸ਼ਾਮਲ ਸੀ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟਾਪ ਨਿਊਜ਼ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਛੇਤੀ ਮਿਲਾਂਗੇ ਐਮਰਜੈਂਸੀ ਬੁਲੇਟਨ ਦੇ ਵਿੱਚ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਵੱਡੀਆਂ ਖਬਰਾਂ ਦੇ ਨਾਲ ਧੰਨਵਾਦ